ਈਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ, ਮੈਂ ਤੁਹਾਡਾ ਦੋ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ। ਕਰੰਟ ਇਸ਼ੂ ਲਈ ਚੱਲਦੇ ਹਾਂ ਸੰਗਰੂਰ। ਦੋਸਤੋ, ਸੰਗਰੂਰ ਦਾ ਨਾਮ ਆਉਂਦੇ ਹੀ ਪਰਮਿੰਦਰ ਸਿੰਘ ਢੀਂਡਸਾ ਔਰ ਢੀਂਡਸਾ ਫੈਮਿਲੀ ਜਿਹੜੀ ਹੈ ਅੱਖਾਂ ਦੇ ਸਾਹਮਣੇ ਆ ਜਾਂਦੀ ਹੈ ਕਿ ਕਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੂੰ, ਮਤਲਬ ਕਹਿ ਸਕਦੇ ਹਾਂ, ਨਜ਼ਰਅੰਦਾਜ਼ ਕੀਤਾ ਗਿਆ, ਜਾਂ ਇਹ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੂਰਾ ਪਰਮਿੰਦਰ ਢੀਂਡਸਾ ਹੋਣ ਚਾਹੇ ਸੁਖਦੇਵ ਢੀਂਡਸਾ ਜੀ ਹੋਣ, ਉਹਨਾਂ ਨੂੰ ਉਹਨਾਂ ਦਾ ਬਣਦਾ ਹੋਇਆ ਸਨਮਾਨ ਹਮੇਸ਼ਾ ਦਿੱਤਾ ਹੈ। ਦੋਨੇ ਹੀ ਪੱਖ ਆਪਾਂ ਲੈ ਸਕਦੇ ਹਾਂ, ਕਿਉਂਕਿ ਤਾੜੀ ਕਦੇ ਵੀ ਇੱਕ ਹੱਥ ਨਾਲ ਨਹੀਂ ਵੱਜਦੀ, ਦੋਨਾਂ ਹੱਥਾਂ ਦਾ ਸੁਮੇਲ ਉਸ ਤਾੜੀ ਵਾਸਤੇ ਜ਼ਰੂਰ ਹੁੰਦਾ ਹੈ। ਕੌਣ ਗਲਤ ਹੈ, ਕੌਣ ਠੀਕ ਹੈ, ਇਹ ਤਾਂ ਇਹ ਲੋਕ ਜਾਣਦੇ ਨੇ, ਪਰ ਪਰਮਿੰਦਰ ਸਿੰਘ ਢੀਂਡਸਾ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਜਿਹੜਾ ਹੈ ਉਹ ਕਿਤੇ ਨਾ ਕਿਤੇ ਜਿਹੜੇ ਬਿਆਨਬਾਜ਼ੀ ਹੈ ਉਹਨਾਂ ਦੀ ਆਉਣੀ ਸ਼ੁਰੂ ਹੋ ਚੁੱਕੀ ਹੈ। ਔਰ ਡੇਰਾ ਮੁਖੀ ਨੂੰ ਮਾਫ਼ੀ ਦੇਣਾ ਅਕਾਲੀ ਦਲ ਵੱਲੋਂ ਕਿੰਨਾ ਕੁ ਪੋਜ਼ਿਟਿਵ ਗਿਆ, ਕਿੰਨਾ ਕੁ ਨੈਗੇਟਿਵ ਗਿਆ, ਅੱਜ ਦੀ ਇਹ ਵੱਡੀ ਖਬਰ ਹੈ। ਔਰ ਇਸ ਖਬਰ 'ਤੇ ਨਜ਼ਰ ਰੱਖੀ ਹੋਈ ਹੈ ਜੀ ਜਗਤਾਰ ਬਾਬਾ ਜੀ ਨੇ, ਉਹਨਾਂ ਤੋਂ ਅਪਡੇਟ ਲੈਂਦੇ ਹਾਂ। ਬਾਬਾ ਜੀ, ਕੀ ਅਪਡੇਟ ਹੈ ਇਸ ਖਬਰ ਨੂੰ ਲੈ ਕੇ? ਹਾਂ ਸੋਮ ਜੀ, ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਵੀ ਜਦੋਂ ਇਹ ਵਿਧਾਨ ਸਭਾ ਚੋਣਾਂ ਦੇ ਵਿੱਚ ਪਰਮਿੰਦਰ ਢੀਂਡਸਾ ਜੀ ਦੀ ਜਿੱਤ ਪ੍ਰਾਪਤ ਹੋਈ ਤੇ ਉਸ ਤੋਂ ਬਾਅਦ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਆਈਆਂ ਤਾਂ ਉਹਨਾਂ ਦੇ ਵਿੱਚ, ਚੋਣਾਂ ਦੇ ਵਿੱਚ ਜਿਹੜੇ ਵੱਡੇ ਢੀਂਡਸਾ ਸਾਹਿਬ ਤੇ ਸੁਖਦੇਵ ਸਿੰਘ ਢੀਂਡਸਾ ਜੀ ਉਹ ਅਕਾਲੀ ਦਲ ਤੋਂ ਨਾਰਾਜ਼ ਸੀ ਜੀ, ਪਰ ਫਿਰ ਵੀ ਜਿਹੜੇ ਪਰਮਿੰਦਰ ਨੇ ਉਦੋਂ ਜਿਹੜਾ ਅਕਾਲੀ ਦਲ ਦਾ ਜਿਹੜਾ ਲੜ ਸੀ ਫੜਿਆ ਰੱਖਿਆ ਤਾਂ ਕਿ ਵੀ ਮੈਨੂੰ ਜੇਕਰ ਦੇਖਿਆ ਜਾਵੇ ਤਾਂ 2002 ਦੇ ਵਿੱਚ ਜਦੋਂ ਭਗਵਾਨ ਦਾਸ ਅਰੋੜਾ ਜੀ ਜੋ ਕਿ ਕਾਂਗਰਸ ਦੇ MLA ਸੀ ਤੇ ਮੰਤਰੀ ਵੀ ਸੀ, ਉਹਨਾਂ ਨੇ ਸੁਸਾਇਡ ਕੀਤੀ ਸੀ ਤਾਂ ਜਿਮਨੀ ਚੋਣਾਂ ਹੋਈਆਂ ਸੀ ਤਾਂ ਉਸ ਸਮੇਂ ਅਕਾਲੀ ਦਲ ਨੇ ਪਰਮਿੰਦਰ ਢੀਂਡਸਾ ਨੂੰ ਜਿਹੜੀ ਟਿਕਟ ਦਿੱਤੀ ਸੀ ਜਿਹਦੇ ਵਿੱਚ ਪਰਮਿੰਦਰ ਢੀਂਡਸਾ ਜਿੱਤੇ ਤੇ ਉਸ ਤੋਂ ਬਾਅਦ ਲਗਾਤਾਰ ਉਹ 4 ਵਾਰ ਫਿਰ ਜਿੱਤੇ ਜਿਹਦੇ ਵਿੱਚ ਇਹਨਾਂ ਨੂੰ 3 ਪਲਾਨਾਂ ਦੇ ਵਿੱਚ ਮੰਤਰੀ ਵੀ ਜਿਹੜਾ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਅਕਾਲੀ ਦਲ ਨੇ ਜੇਕਰ ਕਹਿ ਸਕੀਏ ਵੀ ਢੀਂਡਸਾ ਪਰਿਵਾਰ ਤੋਂ ਕੁਛ ਵੀ ਨਹੀਂ ਲੁਕੋ ਕੇ ਰੱਖਿਆ, ਚਾਹੇ ਉਹ ਮਿਹਨਤ ਸੁਖਦੇਵ ਢੀਂਡਸਾ ਦੀ ਵੀ ਕਿਉਂ ਨਾ ਹੋਵੇ, ਕਿਉਂਕਿ ਵੱਡੇ ਬਾਦਲ ਸਾਹਿਬ ਨਾਲ ਜਿਹੜੀ ਬਹੁਤ ਜ਼ਿਆਦਾ ਨੇੜਤਾ ਹੋਣ ਕਾਰਨ ਇਹਨਾਂ ਨੂੰ ਜਿਹੜਾ ਇਹ ਫਾਲੇਗਾ ਜਿਹੜਾ ਮਿਲੇਗਾ ਤੇ ਹੁਣ ਜਦੋਂ ਇਹਨਾਂ ਨੇ ਇੱਕ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਇੱਕ ਆਪਣਾ ਅੱਡ ਏਜੰਡਾ ਟਕਸਾਲੀਆਂ ਨੇ ਜਿਹੜਾ ਖੜਾ ਕੀਤਾ ਹੈਗਾ ਤਾਂ ਉਹਦੇ ਵਿੱਚ ਆਪਾਂ ਦੇਖਿਆ ਗਾ ਵੀ ਸੁਖਦੇਵ ਢੀਂਡਸਾ ਕਾਫੀ ਸਮੇਂ ਤੋਂ ਜਿਹੜੇ ਨਾਰਾਜ਼ ਸੀ ਉਹ ਚੱਲੇ ਆ ਰਹੇ ਸੀ ਤੇ ਪਰਮਿੰਦਰ ਢੀਂਡਸਾ ਦਾ ਹਜੇ ਕੁਛ ਨੀ ਕਿਹਾ ਜਾ ਸਕਦਾ ਸੀ, ਪਰ ਕਹਿੰਦੇ ਨੇ ਜਦ ਕੋਈ ਦਬਾਅ ਪਾਏਗਾ ਕਿਸੇ ਤਰ੍ਹਾਂ ਦਾ ਵੀ, ਪਰ ਪਰਮਿੰਦਰ ਢੀਂਡਸਾ ਵੀ ਆਪਣੇ ਪਿਤਾ ਦੇ ਚੱਲੇ ਰਾਹਾਂ ਤੇ ਚੱਲ ਪਏ। ਹੁਣ ਜਿਹੜੇ ਇਹ ਅਲੱਗ ਅਲੱਗ ਪ੍ਰੈਸ ਕਾਨਫਰੰਸਾਂ ਜਾਂ ਕਿਤੇ ਲਾਈਵ ਹੋ ਕੇ ਦੱਸ ਰਹੇ ਨੇ ਵੀ ਅਕਾਲੀ ਦਲ ਦੀਆਂ ਗਲਤੀਆਂ ਦੱਸਣ ਲੱਗ ਰਹੇ ਨੇ ਜੀ ਹੁਣ 17 ਸਾਲ ਜਿਹੜਾ ਰਾਜਨੀਤੀ ਦਾ ਸੁੱਖ ਭੋਗ ਕੇ। ਲੇਕਿਨ ਵੱਡੀ ਗੱਲ ਬਾਬਾ ਜੀ ਇਹ ਹੈ ਕਿ 17 ਸਾਲ ਤੱਕ ਪਰਮਿੰਦਰ ਢੀਂਡਸਾ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਗਲਤੀਆਂ ਨਜ਼ਰ ਨਹੀਂ ਆਈਆਂ ਜੀ? ਬਿਲਕੁਲ, ਜੇਕਰ ਹੁਣ ਤਾਜ਼ਾ ਉਹਨਾਂ ਦਾ ਬਿਆਨ ਦੇਖਿਆ ਜਾਵੇ ਤਾਂ ਇੱਕ ਡੇਰਾ ਸੱਚਾ ਸੌਦਾ ਨੂੰ ਮਾਫ਼ੀ ਦੇਣਾ ਅਕਾਲੀ ਦਲ ਦੀ ਬਹੁਤ ਵੱਡੀ ਗਲਤੀ ਦੱਸਿਆ ਪਰਮਿੰਦਰ ਢੀਂਡਸਾ ਨੇ ਵੀ ਜੇਕਰ ਇਸ ਸੰਬੰਧੀ ਵੀ ਰਹਿੰਦੇ ਸਮੇਂ ਅਕਾਲੀ ਦਲ ਮਾਫ਼ੀ ਮੰਗ ਲੈਂਦਾ ਇਸ ਵਿੱਚ ਵੀ ਅਕਾਲੀ ਦਲ ਦਾ ਜਿਹੜਾ ਇੰਨਾ ਨੁਕਸਾਨ ਸੀ ਉਹ ਨਹੀਂ ਹੋਣਾ ਸੀ। ਹੁਣ ਜੇਕਰ ਇਹੀ ਪਰਮਿੰਦਰ ਢੀਂਡਸਾ ਤੇ ਵੀ ਇੱਕ ਸਵਾਲ ਬਣਦਾ ਹੈਗਾ ਵੀ ਜਦੋਂ ਤੁਸੀਂ ਅਕਾਲੀ ਦਲ ਦੇ ਵਿੱਚ ਸੀ ਉਸ ਟਾਈਮ ਤੇ ਕਿਉਂ ਨੀ ਇਹ ਸੁਝਾਅ ਦਿੱਤਾ ਜਾਂ ਤੁਸੀਂ ਉਸ ਟਾਈਮ ਤੇ ਕਿਉਂ ਨੀ ਆਏ ਵੀ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਤੁਸੀਂ ਮਾਫ਼ੀ ਦਿੱਤੀ ਵੀ ਅਸੀਂ ਜਿਹੜਾ ਅਕਾਲੀ ਦਲ ਹੈਗਾ ਇਹ ਛੱਡਣ ਲੱਗਾਂਗੇ ਇਸ ਕਰਕੇ। ਹੁਣ ਉਹਨਾਂ ਨੂੰ ਜਿਹੜਾ ਤਰ੍ਹਾਂ ਤਰ੍ਹਾਂ ਦੇ ਬਹਾਨੇ ਲਾ ਕੇ
ਸੁਖਦੇਵ ਸਿੰਘ ਢੀਂਡ ਸਾਹਿਬ ਵੱਲੋਂ ਤੇ ਪਰਮਿੰਦਰ ਢੀਂਡ ਸਾਹਿਬ ਤੇ ਹੋਰ ਜਿਹੜੇ ਇਹਨਾਂ ਦੇ ਨਾਲ ਵਰਕਰ ਨੇ ਸੁਖਵੀਰ ਸਿੰਘ ਬਾਦਲ ਪਰਿਵਾਰ ਨੂੰ ਜਿਹੜਾ ਇਹ ਪੂਰੀ ਤਰ੍ਹਾਂ ਭੰਡ ਰਹੇ ਨੇ ਜੀ ਸੋਮ ਜੀ। ਲੇਕਿਨ ਬਾਬਾ ਜੀ ਆਉਣ ਵਾਲੀਆਂ ਚੋਣਾਂ ਵਿੱਚ ਜੇ ਆਪਾਂ ਮਤਲਬ ਚੋਣਾਂ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੂੰ ਹੋਰ ਸਾਲ 1.5 ਸਾਲ ਰਹਿ ਗਿਆ, ਆਉਣ ਵਾਲੀਆਂ ਚੋਣਾਂ ਦੇ ਵਿੱਚ ਕੀ ਲੱਗਦਾ ਗ੍ਰਾਫ ਕਿ ਕਿਸ ਪਾਰਟੀ ਨਾਲ ਰਿਲੇਟਡ ਇਹ ਮਤਲਬ ਟਿਕਟ ਤੇ ਕਿਸੇ ਚੋਣ ਨੂੰ ਲੜ ਸਕਦੇ ਨੇ? ਜੀ ਸੋਮ ਜੀ ਫਿਲਹਾਲ ਜਿਹੜੇ ਇਹ ਕਿਆਸਾਂ ਲਾਈਆਂ ਜਾ ਰਹੀਆਂ ਨੇ ਵੀ ਕੋਈ ਜਿਹੜੇ ਕੁਛ ਕਹਿ ਰਿਹਾ ਕੋਈ ਕੁਛ, ਪਰ ਜਿਹੜੇ ਰਾਜਨੀਤਿਕ ਮਾਹਰਾਂ ਅਨੁਸਾਰ ਜਿਹੜਾ ਇਹਨਾਂ ਦੀ ਸੰਭਾਵਨਾ ਹੈਗੀ ਕਿ ਬੀਜੇਪੀ ਚ ਜਾਣ ਦੀ ਜੀ, ਪਰ ਜੇ ਤਾਂ ਇਹ ਸਾਰੇ ਟਕਸਾਲੀ ਅਕਾਲੀਆਂ ਨੂੰ ਕੋਈ ਬਣਦਾ ਸਨਮਾਨ ਉੱਥੇ ਬੀਜੇਪੀ ਪਾਰਟੀ ਦੇ ਵਿੱਚ ਮਿਲਦਾ ਦਿਖਿਆ ਤਾਂ ਇਹ ਬੀਜੇਪੀ ਦਾ, ਤੇ ਨਹੀਂ ਤਾਂ ਇਹ ਆਪਣੀ ਕੋਈ ਆਪਣੀ ਅਲੱਗ ਪਾਰਟੀ ਬਣਾ ਕੇ ਵੀ ਜਿਹੜਾ ਅਗਲੀ ਚੋਣਾਂ ਲੜ ਸਕਦੇ ਨੇ ਜੀ ਸੋਮ ਜੀ। ਔਰ ਬਾਬਾ ਜੀ ਜਾਂਦੇ ਜਾਂਦੇ ਇੱਕ ਪ੍ਰਸ਼ਨ ਹੈ ਕਿ ਪਰਮਿੰਦਰ ਢੀਂਡਸਾ ਦੇ ਅਕਾਲੀ ਦਲ ਨੂੰ ਛੱਡਣ ਤੋਂ ਬਾਅਦ ਕਿਸ ਕੀ ਮਤਲਬ ਅੰਦਾਜ਼ਾ ਲਾਇਆ ਜਾ ਰਿਹਾ ਹੈ ਅਕਾਲੀ ਦਲ ਸੰਗਰੂਰ ਨੂੰ ਲੈ ਕੇ ਕਿ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਰਾਜਨੀਤਿਕ ਦੇ ਵਿੱਚ? ਦੇਖੋ ਜੀ ਜਿਹੜੇ ਸੁਖਦੇਵ ਸਿੰਘ ਢੀਂਡਸਾ ਦੇਖੋ ਜਦੋਂ ਵੀ ਚੋਣਾਂ ਦੇ ਵਿੱਚ ਖੜੇ ਹੁੰਦੇ ਸੀ ਉਹ ਹਾਰ ਜਾਂਦੇ ਸੀ ਤੇ ਉਹਨਾਂ ਨੂੰ ਮੈਂਬਰ ਰਾਜ ਸਭਾ ਨਿਯੁਕਤ ਕੀਤਾ ਜਾਂਦਾ ਸੀ, ਉਹਨਾਂ ਨੂੰ ਫਿਰ ਵੀ ਸਤਿਕਾਰ ਦਿੱਤਾ ਜਾਂਦਾ ਸੀ ਅਕਾਲੀ ਦਲ ਵੱਲੋਂ ਜੀ। ਪਰਮਿੰਦਰ ਢੀਂਡਸਾ ਨੂੰ ਵੀ ਲਗਾਤਾਰ ਜਿਹੜਾ ਇਹ ਅਕਾਲੀ ਦਲ ਵੱਲੋਂ ਸਤਿਕਾਰ ਦਿੱਤਾ ਜਾ ਰਿਹਾ ਹੈਗਾ ਤਾਂ ਹਰੇਕ ਥਾਂ ਤੇ ਜਿਹੜੇ ਉਹਨੂੰ ਚੋਣ ਤੇ ਖਜ਼ਾਨਾ ਮੰਤਰੀ ਤੱਕ ਵੀ ਉਹਨਾਂ ਨੂੰ ਬਣਾਇਆ, PWD ਮੰਤਰੀ ਤੱਕ ਵੀ ਬਣਾਇਆ, ਤਾਂ ਇੱਥੇ ਲੋਕ ਇਹ ਜ਼ਰੂਰ ਸੋਚਦੇ ਨੇ ਵੀ ਜਿਹੜਾ ਬੰਦਾ ਇੰਨਾ ਚਿਰ ਪਾਰਟੀ ਦੇ ਵਿੱਚ ਰਹਿ ਕੇ ਇੱਕ ਤਰ੍ਹਾਂ ਦਾ ਕਹਿ ਸਕਦੇ ਵੀ ਪਾਰਟੀ ਦੀ ਜਿਹੜੀ ਪਿੱਠ ਦੇ ਵਿੱਚ ਛੁਰਾ ਮਾਰਿਆ ਜਾਂਦਾ ਹੈਗਾ, ਮਾਹਰਾਂ ਮੁਤਾਬਕ ਕਿਹਾ ਜਾਂਦਾ ਹੈਗਾ ਵੀ ਜੋ ਵੀ ਬੰਦਾ ਪਿੱਠ ਦੇ ਵਿੱਚ ਛੁਰਾ ਮਾਰਦਾ ਆਪਣੀ ਪਾਰਟੀ ਦੇ ਵਿੱਚ ਉਹ ਕਦੇ ਵੀ ਅੱਜ ਤੱਕ ਕਾਮਯਾਬ ਨਹੀਂ ਹੋਇਆ। ਇਸੇ ਤਰ੍ਹਾਂ ਜਿਹੜੇ ਸੰਗਰੂਰ ਦੇ ਵਿੱਚ ਵੀ ਇਹੀ ਜਿਹੜੀਆਂ ਗੱਲਾਂ ਨੇ ਇਹ ਬਹੁਤ ਜ਼ਿਆਦਾ ਉੱਡ ਰਹੀਆਂ ਨੇ, ਜਾਂ ਤਾਂ ਇਹਨਾਂ ਦਾ ਕੋਈ ਬੇੜੀ ਪਾਰ ਲਾ ਸਕਦੀ ਹੈ ਕਿਸੇ BJP ਨਾਲ ਜਿਹੜੇ ਲੱਗ ਕੇ ਲੱਗ ਸਕਦੇ ਆ, ਵਰਨਾ ਤਾਂ ਤੁਹਾਨੂੰ ਪਤਾ ਹੀ ਹੈ ਪਹਿਲਾਂ ਜਿਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਹਸ਼ਰ ਹੋਏਗਾ ਤਾਂ ਕੋਈ ਵਧੀਆ ਜਿਹੜੀ ਪ੍ਰੋਮਿਸ ਹੈਗੀ ਇਹ ਵੀ ਨਹੀਂ ਕਰ ਸਕਣਗੇ ਜੀ ਸੋਮ ਜੀ। ਲੇਕਿਨ ਬਾਬਾ ਜੀ ਵੱਡੀ ਗੱਲ ਇਹ ਹੈ ਕਿ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸੀਨੀਅਰ ਆਗੂ ਆ ਸੀਨੀਅਰ ਲੀਡਰ ਹੈ ਉਹ ਵੀ ਛੱਡ ਛੱਡ ਜਾ ਰਹੇ ਨੇ ਪ੍ਰਸ਼ਨ ਚਿੰਨ੍ਹਾਂ ਦੇ ਵਿੱਚ, ਉਹ ਵੀ ਘਿਰੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ? ਜੀ ਬਿਲਕੁਲ, ਦੇਖੋ ਉਹਨਾਂ ਨੂੰ ਪਤਾ ਨੀ ਲੱਗਦਾ ਵੀ ਇੱਕ ਸਿਰਫ ਜਿਵੇਂ ਵੱਡੇ ਬਾਦਲ ਸਾਹਿਬ ਹੋ ਗਏ ਜਾਂ ਸੁਖਵੀਰ ਸਿੰਘ ਬਾਦਲ ਜਾਂ ਮਜੀਠੀਆ ਪਰਿਵਾਰ ਹੋ ਗਿਆ, ਇਹ ਸਿਰਫ ਤਿੰਨ ਚਾਰ ਬੰਦਿਆਂ ਦੇ ਜਿਹੜਾ ਬੋਲਬਾਲਾ ਹੈਗਾ ਅਕਾਲੀ ਦਲ ਦੇ ਵਿੱਚ ਜਿਹੜੇ ਲੀਡਰ ਨੇ ਜਾਂ ਵਰਕਰ ਨੇ ਉਹ ਇਸ ਬੋਲਬਾਲੇ ਤੋਂ ਵੀ ਦੁਖੀ ਨੇ ਵੀ ਕਿਉਂਕਿ ਸ਼੍ਰੋਮਣੀ ਕਮੇਟੀ ਤੇ ਵੀ ਜਿਹੜਾ ਕਬਜ਼ਾ ਬਾਦਲ ਪਰਿਵਾਰ ਦਾ ਕੀਤਾ ਹੋਇਆ ਹੈਗਾ, ਬਾਦਲ ਪਰਿਵਾਰ ਦੇ ਹੱਥਾਂ ਦੇ ਵਿੱਚ ਹੈ ਸ਼੍ਰੋਮਣੀ ਕਮੇਟੀ ਵੀ ਤੇ ਪੂਰੇ ਦਾ ਪੂਰਾ ਅਕਾਲੀ ਦਲ ਵੀ, ਕਿਤੇ ਨਾ ਕਿਤੇ ਘੁੱਟਣ ਤਾਂ ਸਾਰੇ ਜਿਹੜੇ ਹੋਰ ਵੀ ਜਿਹੜੇ ਵਰਕਰ ਨੇ ਅਕਾਲੀ ਦਲ ਦੇ ਉਹ ਵੀ ਮਹਿਸੂਸ ਕਰ ਰਹੇ ਨੇ, ਪਰ ਉਹਨਾਂ ਨੂੰ ਕਿਤੇ ਵੀ ਹੋਰ ਅੱਗੇ ਕੋਈ ਚਾਨਣਾ ਨਹੀਂ ਦਿਖ ਰਿਹਾ, ਇਸ ਕਰਕੇ ਉਹ ਉੱਥੇ ਜਿਹੜਾ ਆਪਣਾ ਟਾਈਮ ਪਾਸ ਕਰ ਰਹੇ ਨੇ ਜੀ ਸੋਮ ਜੀ। ਬਹੁਤ ਬਹੁਤ ਮਿਹਰਬਾਨੀ ਬਾਬਾ ਜੀ, ਤੁਸੀਂ ਅਪਡੇਟ ਦਿੱਤੀ ਹੈ। ਸੋ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਸੰਗਰੂਰ ਜ਼ਿਲ੍ਹੇ ਦੀ ਜੇ ਗੱਲ ਕਰੀਏ, ਸੰਗਰੂਰ ਹਲਕੇ ਦੀ ਗੱਲ ਕਰੀਏ, ਤਾਂ ਸੰਗਰੂਰ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਥੰਮ ਗਿਣੇ ਜਾਂਦੇ ਇਸ ਪਾਰਟੀ ਦੇ ਸੁਖਦੇਵ ਸਿੰਘ ਢੀਂਡਸਾ ਸਾਹਿਬ ਔਰ ਪਰਮਿੰਦਰ ਸਿੰਘ ਢੀਂਡਸਾ, ਔਰ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਦਿੱਤਾ ਹੈ। ਔਰ ਉਸ ਤੋਂ ਬਾਅਦ ਅੱਜ ਦਾ ਇਹ ਵੱਡਾ ਬਿਆਨ ਹੈ ਕਿ ਮਤਲਬ ਡੇਰਾ ਮੁਖੀ ਨੂੰ ਜੇ ਮਾਫ਼ੀ ਦਾ ਉਹ ਜਿਹੜਾ ਚੱਲਿਆ ਸੀ ਉਹਨਾਂ ਦਿਨਾਂ ਦੇ ਵਿੱਚ, ਉਹ ਵੀ ਇੱਕ ਬਹੁਤ ਵੱਡੀ ਦੇਣ ਸੀ ਸ਼੍ਰੋਮਣੀ ਅਕਾਲੀ ਦਲ ਦੀ। ਲੇਕਿਨ ਪਰਮਿੰਦਰ ਸਿੰਘ ਢੀਂਡਸਾ 17 ਸਾਲ ਤੱਕ ਸੱਤਾ ਦਾ ਆਨੰਦ ਭੋਗਣ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ਼ ਕਿਉਂ ਇੰਨਾ ਜ਼ਿਆਦਾ ਬੋਲ ਰਹੇ ਨੇ?
ਇਹ ਸੀ ਹੁਣ ਤੱਕ ਦੀ ਅਪਡੇਟ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ। ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫਿਰ ਰਿਲੀਫ ਮਿਲਿਆ, 2-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2-3 ਮਹੀਨੇ ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ। ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ। ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ। ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ, ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।